ਸਿਮਰਾਈ ਹਰ ਗੁਣ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁਖ ਜਾਇ, ਤੇ ਬਹਾਦਰ ਸਿਮਰਿਐ ਘਰ ਨਾਉਣ ਦਿਆਵੈ ਧਾਏ, ਸਭ ਥਾਈ ਹੋਈ ਸਹਾਇ। ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ। ਅਕਾਲ ਮੂਰਤ ਅਜੂਨੀ ਸਹਿ ਭੰਗ ਗੌਰ ਵਾਹਿਗੁਰੂ ਜੀ ਕੀ ਫਤਿਹ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਰੀ ਗੱਲ ਚੰਗੀ। ਆਗਿਆ ਆਏ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲੈ ਸਮਾਏ, ਜਿਹਾ ਜੀ ਨੇ ਲਿਖਿਆ ਤੇ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ। ਇਸ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਮਾਲਕ ਦੇ ਹੁਕਮ ਵਿੱਚ ਹੋ ਰਿਹਾ ਹੈ, ਉਸਦੀ ਰਜ਼ਾ ਵਿੱਚ ਹੋ ਰਿਹਾ ਹੈ, ਉਸਦੇ ਭਾਣੇ ਵਿੱਚ ਹੋ ਰਿਹਾ ਹੈ। ਉਸ ਭਾਣੇ ਦੇ ਤਹਿਤ ਹੀ ਸਤਿਕਾਰਯੋਗ ਸਾਡੀ ਭੈਣ ਜੀ ਬੀਬੀ ਪਰਮਜੀਤ ਕੌਰ ਜੀ ਇਲਾਹੀ ਸਦਾ ਆਇਆ ਔਰ ਮਾਲਕ ਨੇ ਜਿਤਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਨੂੰ ਭੋਗਦੇ ਹੋਏ ਸਦੀਵ ਕਾਲ ਲਈ ਮਾਲਕ ਦੇ ਚਰਣਾਂ ਵਿੱਚ ਜਾ ਵਿਰਾਜਮਾਨ ਹੋਏ। ਸਵਰਗੀ ਭੈਣ ਜੀ ਪਰਮਜੀਤ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਬਿਰਾਜਮਾਨ ਬੇਹਦ ਗੰਭੀਰ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੋਂ ਪਹਿਲਾਂ ਬੜੇ ਅਦਬ ਦੇ ਨਾਲ ਇਮਾਨ ਪਰਿਵਾਰ ਬਾਰੇ ਦੱਸਿਆ ਗਿਆ। ਅੱਜ ਆਪਾਂ ਸਾਰੇ ਇਮਾਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ। ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਬੋਲਣਾ। ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਕਿ ਪਰਮਾਤਮਾ ਨੇ ਇੱਕ ਬੜੇ ਸੂਖਮ ਰਿਸ਼ਤੇ ਬਣਾਏ ਹੈ, ਮਾਂ ਬਾਪ ਦਾ, ਭੈਣ ਭਾਈ ਦਾ, ਪਤੀ ਪਤਨੀ ਦਾ। ਜੇ ਇੱਕ ਵੀ ਤੰਦ ਹਿਲਦਾ ਤਾਂ ਸਾਰੀ ਜਿਹੜੀ ਹੈਗੀ ਹੈ ਪਾਣੀ ਵਿੱਚ ਜੋੜੀ ਜਾਂਦੀ ਹੈ। ਬੜੀ ਪੁਰਾਣੀ ਇੱਕ ਕਹਾਵਤ ਹੈ, ਜਿੰਨਾ ਸਾਠ ਉਨਾ ਸੇਕ। ਪੁਰਾਣੇ ਸਮੇਂ ਦੇ ਵਿੱਚ ਰਿਸ਼ਤੇ ਨੂੰ ਦੁੱਖ ਆ ਜਾਂ ਜਿਹੜੀ ਤਕਲੀਫ਼ ਹੈ ਮੈਂ ਆਪਣੇ ਸਿਰ 'ਤੇ ਲਈ ਹੈ, ਇਹ ਤੁਹਾਡੀ ਸੰਗਤ ਦੀ ਸਾਰੀ ਤਕਲੀਫ਼ ਮੈਂ ਆਪਣੇ ਜੁੰਮੇ ਲੈ ਰਹੀ। ਜੇ ਮੈਂ ਨਾ ਲੈਂਦਾ ਤਾਂ ਤੁਹਾਨੂੰ ਕਿਸੇ ਨਾ ਕਿਸੇ ਨੂੰ ਮਹਿਸੂਸ ਹੋਣੀ ਸੀ ਐਵੇਂ ਜਿਵੇਂ ਮਾਂ ਹੈ। ਕੋਈ ਵੀ ਮੁਸ਼ਕਲ ਹੋਵੇ, ਕੋਈ ਤਕਲੀਫ਼ ਹੋਵੇ, ਕੋਈ ਵੀ ਕਿਸੇ ਕਿਸਮ ਦਾ ਸੰਕਟ ਹੋਵੇ ਪਰਿਵਾਰ 'ਚ, ਅਤੇ ਜੇ ਆਪਾਂ ਕਿਸੇ ਮਾਂ ਵੱਲ ਦੇਖ ਲਓ ਸਭ ਤੋਂ ਜ਼ਿਆਦਾ ਉਹਦਾ ਅਸਰ ਮਾਂ 'ਤੇ ਹੁੰਦਾ। ਅਤੇ ਇਹ ਵੀ ਕੋਈ ਕੁਦਰਤੀ ਬਾਤ ਹੈ, ਹੁਣ ਤਾਂ ਦੱਸ ਕੇ ਗਏ ਨੇ ਕਿ ਮਾਵਾਂ ਤਾਂ ਰੱਬ ਦਾ ਰੂਪ ਹੁੰਦੀਆਂ ਨੇ। ਗੁਰਬਾਣੀ ਵੀ ਆਪਾਂ ਨੂੰ ਕਹਿੰਦੀ ਹੈ ਕਿ ਅਗਰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਪਰਮੇਸ਼ਰ ਤੋਂ ਬਾਅਦ, ਪਰਮਾਤਮਾ ਤੋਂ ਬਾਅਦ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕੋਈ ਗੁਰੂ ਪੀਰ ਪੈਗੰਬਰ ਹੋਣ, ਕਿਸੇ ਤੋਂ ਬਾਅਦ ਅਗਰ ਕਿਸੇ ਕੋਲ ਰੱਬ ਦਾ ਦਰਜਾ ਹੈ ਤਾਂ ਆਪਣੀ ਮਾਂ ਕੋਲ ਹੈ। ਸੋ ਇਹ ਮਾਵਾਂ ਦਾ ਦੇਣਾ ਸੱਚ ਹੈ, ਆਪਾਂ ਦੇ ਨਹੀਂ ਸਕਦੇ, ਚਾਹੇ ਆਪਾਂ ਵਾਰ ਵਾਰ ਕਿਉਂ ਨਾ ਜਨਮ ਲੈ ਕੇ ਆਈਏ। ਅਜੇ ਸਮਾਂ ਨਹੀਂ ਸੀ ਭੈਣ ਜੀ ਦਾ ਜਾਣ ਦਾ, ਲੇਕਿਨ ਇਹ ਰਿਧੀਆਂ ਵਿਧੀਆਂ ਸਿੱਧੀਆਂ ਇਹ ਪਰਮਾਤਮਾ ਆਪ ਹੀ ਜਾਣਦਾ ਹੈ, ਆਪਾਂ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ। ਧਰਮ ਰਾਹੀ ਹੈ ਜਾਰੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਾਸਤੇ ਪਰਿਵਾਰ ਵੱਲੋਂ ਮਾਇਆ ਭੇਟ ਕੀਤੀ ਗਈ, ਨੇਕ ਕਮਾਈ ਨੂੰ ਸਫਲ ਕਰਦੇ ਹਾਂ।
Oh,
कुदरत है कीमत नहीं पा Oh,
पिता का कब नपुर की जा
Oh,
ਪਾਵਨ ਚਰਨਾਂ ਦਾ ਓਟ ਆਸਰਾ ਲਿਆ ਗਿਆ
ਸਤਿਗੁਰ ਪਾਤਸ਼ਾਹ ਜੀ ਬੀਬੀ ਪਰਮਜੀਤ ਕੌਰ ਦੀ ਅੰਤਮ ਅਰਦਾਸ ਦੇ ਸੰਬੰਧ ਵਿੱਚ ਪਰਿਵਾਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੁੰਦਰ ਦੀਵਾਨ ਸਜਾਏ ਗਏ। ਸੱਜੇ ਦੀਵਾਨਾਂ ਦੇ ਵਿੱਚ ਹਰ ਜਸ ਕੀਰਤਨ ਹੋਏ। ਸਤਿਗੁਰੂ ਗਰੀਬ ਨਵਾਜ ਗੁਰਬਾਣੀ ਦੇ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮਤ ਸੋਚੀ ਬਖਸ਼ਿਸ਼ ਕਰੋ। ਸੇਵਕ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਆਉਣ ਵਾਲਾ ਸਮਾਂ ਖੁਸ਼ੀਆਂ ਦਾ ਬਖਸ਼ਿਸ਼ ਕਰਨਾ। ਸਤਿਗੁਰ ਪਾਤਸ਼ਾਹ ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾਏ ਗਏ ਨੇ, ਪ੍ਰਵਾਨ ਕਰਿਓ। ਦਰੋਂ ਘਰੋਂ ਨਾਮ ਦਾ ਬਖਸ਼ਿਸ਼ ਕਰਿਓ। ਸੇਵਕਾਂ ਵੱਲੋਂ ਹਜ਼ੂਰ ਕੜਾ ਪ੍ਰਸ਼ਾਦੀ ਦੇਵ ਹਾਜ਼ਰ ਹੈ, ਦਰ ਪ੍ਰਵਾਨ ਹੋਏ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਪਾਤਸ਼ਾਹ ਜੀ ਬੀਬੀ ਪਰਮਜੀਤ ਕੌਰ ਦੀ ਅੰਤਮ ਅਰਦਾਸ ਵਿੱਚ ਬੇਅੰਤ ਸੰਗਤਾਂ ਨੇ ਦੂਰੋਂ ਨੇੜਿਓਂ ਚੱਲ ਕੇ ਆਪ ਜੀ ਦੇ ਪਾਵਨ ਚਰਨ ਪਰਸੇ ਨੇ। ਸਮੂਹ ਸੰਗਤਾਂ ਦੀ ਹਾਜ਼ਰੀ ਧਰ ਪ੍ਰਵਾਨ ਕਰਨੀ, ਤਿਲ ਫੁੱਲ ਭਿਟਾਵਾਂ ਦਰ ਪ੍ਰਵਾਨ ਕਰਨੀ ਆ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ। ਕਰੋ ਕਿਰਪਾ ਪਾਵਨ ਮੁਖ ਵਾਕ ਬਖਸ਼ੋ, ਸਹੀ ਪਿਆਰੇ ਮੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਿਆ ਪਈ ਅਕਾਲ ਕੀ ਦਬੇ ਚਲਾਇਓ ਪੰਥ, ਸਭ ਸਿੱਖਣ ਕਉ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਦੁਰਾ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਬਹਿਤੀ ਜਾਤ ਕਾਲੇ ਆਪੇ ਹੀ ਤੈ ਧਾਰੀਐ ਦੇਖੇ ਕੀਤਾ ਆਪਣਾ ਧਾਰੇ ਕੱਚੀ ਪੱਕੀ ਸਾਰੀਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸ ਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਸੁਕਾਹੋ ਟਲ ਗੁਰ ਸੇਵੀਐ ਸਹਿਨ ਸਸਜ ਸੰਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਿਲਾ ਚੌਥਾ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੈਂ ਮਨ ਵੱਡੀ ਆਸ ਹਰੇ ਕਿਉਂ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾਂ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਮੈਂ ਮਨ ਵੱਡੀ ਆਸ ਹਰੇ ਕਿਉਂ
ਹਰ ਹਰ ਦਰਸ਼ਨ ਪਾਵਾ ਹਉ ਜਾਇ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾ ਭੁੱਲਾ ਮਨ ਸਮਝੈ ਗੁਰ ਸ਼ਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਨੀ ਚਿਤ ਲਾਏ ਹਉ ਸਭ ਵੇਸ ਕਰੀ ਫਿਰ ਕਾਰਣ ਜੇ ਹਰ ਪ੍ਰਭ ਸਾਚੇ ਭਾਵਾ ਸੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉਂ ਕਰ ਧੀਰਜ ਪਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਰਬੱਤ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਰੀ ਗੱਲ ਚੰਗੀ ਆਗਿਆ ਆਏ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਏ ਜਿਹਾ ਜੀ ਨੇ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਇਸ ਸੰਸਾਰ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਮਾਲਕ ਦੇ ਹੁਕਮ ਵਿੱਚ ਹੋ ਰਿਹਾ ਹੈ ਉਸਦੀ ਰਜ਼ਾ ਵਿੱਚ ਹੋ ਰਿਹਾ ਹੈ ਉਸ ਦੇ ਭਾਣੇ ਵਿੱਚ ਹੋ ਰਿਹਾ ਹੈ ਉਸ ਭਾਣੇ ਦੇ ਤਹਿਤ ਹੀ ਸਤਿਕਾਰਯੋਗ ਸਾਡੀ ਭੈਣ ਜੀ ਬੀਬੀ ਪਰਮਜੀਤ ਕੌਰ ਜੀ ਇਲਾਹੀ ਸਦਾ ਆਇਆ ਔਰ ਮਾਲਕ ਨੇ ਜਿਤਨੇ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਉਸ ਨੂੰ ਭੋਗਦੇ ਹੋਏ ਸਦੀਵ ਕਾਲ ਲਈ ਮਾਲਕ ਦੇ ਚਰਨਾਂ ਵਿੱਚ ਜਾ ਵਿਰਾਜਮਾਨ ਹੋਏ ਇਹ ਪਰਿਵਾਰ ਇਮਾਨ ਪਰਿਵਾਰ ਸਤਿਕਾਰਯੋਗ ਸਾਡੇ ਇਲਾਕੇ ਦੀ ਅਤਿ ਸਤਿਕਾਰਿਤ ਹਸਤੀ ਸਰਦਾਰ ਗੁਰਬਚਨ ਸਿੰਘ ਜੀ ਦੀਵਾਨ ਸਾਹਿਬ ਮੇਰੇ ਵੀਰ ਭੁਪਿੰਦਰ ਜੀ ਮੈਂ ਆਪ ਜੀ ਨੂੰ ਦੱਸਦਿਆਂ ਕਿ ਧਰਮ ਦੇ ਭਰਾ ਦੇ ਤੌਰ 'ਤੇ ਇਹਨਾਂ ਨੇ ਸਾਰੀ ਜ਼ਿੰਦਗੀ ਬਿਤਾਈ ਔਰ ਇਹਨਾਂ ਨੇ ਦੀਵਾਨ ਸਾਹਿਬ ਨੂੰ ਆਪਣਾ ਵੱਡਾ ਭਰਾ ਕਰਕੇ ਜਾਣਿਆ ਉਹ ਦਰਜਾ ਉਹ ਸਤਿਕਾਰ ਇਹਨਾਂ ਨੇ ਉਹਨਾਂ ਨੂੰ ਬਖਸ਼ਿਸ਼ ਕੀਤਾ ਧੀਮਾਨ ਪਰਿਵਾਰ ਦਾ ਨਾਮ ਕੇਵਲ ਸਾਡੇ ਸ਼ਹਿਰ ਵਿੱਚ ਹੀ ਨਹੀਂ ਕੇਵਲ ਸਾਡੇ ਜ਼ਿਲ੍ਹੇ ਵਿੱਚ ਹੀ ਨਹੀਂ ਕੇਵਲ ਸਾਡੀ ਸਟੇਟ ਵਿੱਚ ਹੀ ਨਹੀਂ ਇਸ ਤਰ੍ਹਾਂ ਕਹੀਏ ਕਿ ਉਹਨਾਂ ਦਾ ਨਾਮ ਧੀਮਾਨ ਪਰਿਵਾਰ ਦਾ ਨਾਮ ਅੰਤਰਰਾਸ਼ਟਰੀ ਤੌਰ 'ਤੇ ਜਾਣਿਆ ਜਾਂਦਾ ਹੈ ਇਹਨਾਂ ਨੇ ਕਈ ਅਦਾਰੇ ਸਥਾਪਿਤ ਕੀਤੇ ਨੇ ਔਰ ਆਪਾਂ ਸਾਰੇ ਭਲੀ ਭਾਤ ਜਾਣਦੇ ਹਾਂ ਇਸ ਗੁਰੂ ਘਰ ਦੇ ਵਿੱਚ ਵੀ ਧੀਮਾਨ ਸਾਹਿਬ ਦੀ ਬਹੁਤ ਮਹਾਨ ਦੇਣ ਹੈ ਬਹੁਤ ਲੰਮਾ ਸਮਾਂ ਇਸ ਗੁਰੂ ਘਰ ਦੀ ਸੇਵਾ ਕੀਤੀ ਕਈ ਸਮਾਜਿਕ ਅਦਾਰੇ ਕਈ ਧਾਰਮਿਕ ਅਦਾਰੇ ਉਹਨਾਂ ਦੇ ਵਿੱਚ ਹੀ ਉਹਨਾਂ ਦਾ ਮਹਾਨ ਯੋਗਦਾਨ ਰਿਹਾ ਵਿਸ਼ਵਕਰਮਾ ਮੰਦਿਰ ਵਿੱਚ ਵੀ ਉਹਨਾਂ ਦਾ ਵਿਸ਼ੇਸ਼ ਕਰਕੇ ਬਹੁਤ ਉੱਚਾ ਸਥਾਨ ਗਿਣਿਆ ਜਾਂਦਾ ਹੈ ਇਹ ਉਹ ਪਰਿਵਾਰ ਹੈ ਅੱਜ ਇਸ ਪਰਿਵਾਰ ਦੇ ਵਿੱਚ ਇੱਕ ਮਾਂ ਦਾ ਵਿਛੋੜਾ ਹੋਇਆ ਬੱਚਿਆਂ ਵਾਸਤੇ ਇਹ ਸੱਚਮੁੱਚ ਹੀ ਬਹੁਤ ਅਸਹਿ ਅਤੇ ਅਕਹਿ ਕਸ਼ਟ ਹੁੰਦਾ ਹੈ ਪੁਰਖ ਵਾਸਤੇ ਕਿਉਂਕਿ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ ਕਾਲਾ ਜੀ ਸਾਡੇ ਸਾਰਿਆਂ ਦਾ ਮਾਤਾ ਪਿਤਾ ਤਾਂ ਉਹ ਅਕਾਲ ਪੁਰਖ ਹੈ ਇੱਕ ਉਹ ਹੁੰਦਾ ਹੈ ਇੱਕ ਹੁੰਦਾ ਜਿਸ ਮਾਂ ਦੇ ਪੇਟ 'ਚੋਂ ਅਸੀਂ ਜਨਮ ਲੈਂਦੇ ਹਾਂ ਉਹ ਦੂਜੀ ਮਾਤਾ ਹੁੰਦਾ ਹੈ ਅਤੇ ਤੀਸਰੀ ਮਾਤਾ ਸਾਡੀ ਕੌਣ ਹੁੰਦੀ ਹੈ ਉਹ ਹੁੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਸ 'ਤੇ ਅਸੀਂ ਜਨਮ ਲਿਆ ਜਿਸ 'ਤੇ ਅਸੀਂ ਖੇਡੇ ਜਿਸ 'ਤੇ ਅਸੀਂ ਵੱਡੇ ਹੋਏ ਮਾਵਾਂ ਦਾ ਰੋਲ ਕੋਈ ਪਿਤਾ ਦੇ ਰੋਲ ਤੋਂ ਘੱਟ ਨਹੀਂ ਹੁੰਦਾ ਮਾਵਾਂ ਬਾਰੇ ਬਹੁਤ ਕੁਛ ਲਿਖਿਆ ਗਿਆ ਬਹੁਤ ਕੁਛ ਸੁਣਿਆ ਗਿਆ ਅਕਬਰ ਬਾਦਸ਼ਾਹ ਚੱਕਰਵਰਤੀ ਬਾਦਸ਼ਾਹ ਹੋਇਆ ਹੈ ਉਸਦੇ ਕੋਲ ਸਭ ਕੁਛ ਜਦੋਂ ਸੀ ਅਤੇ ਉਹ ਇੱਕ ਦਿਨ ਉਸ ਸਮੇਂ ਪੂਰੀ ਕਰਨ ਦੇ ਸਮਰੱਥ ਹੈ ਮਾਂ ਨੇ ਉਸਦੇ ਮੂੰਹ ਵੱਲ ਤੱਕਿਆ ਆਖਣ ਲੱਗੀ ਸੱਚ ਮੈਂ ਜੋ ਮੰਗਾਂ ਤੂੰ ਉਹ ਦੇ ਸਕਦਾ ਕਹਿੰਦਾ ਹਾਂ ਮੈਂ ਸਮਰੱਥ ਹਾਂ ਇਸ ਗੱਲ ਦੇ ਉਹ ਆਖਣ ਲੱਗੀ ਨਹੀਂ
ਤੂੰ ਤਾਂ ਨਹੀਂ ਕਿ ਦੁਨੀਆਂ ਦਾ ਹਰ ਵਿਅਕਤੀ ਜਿਹੜਾ ਉਹ ਆਪਣੇ ਮਾਂ ਬਾਪ ਦਾ ਦੇਣਾ 7 ਜਨਮਾਂ ਤੱਕ ਵੀ ਨਹੀਂ ਦੇ ਸਕਦਾ, ਉਹਨਾਂ ਦਾ ਕਰਜ਼ ਨਹੀਂ ਚੁਕਾ ਸਕਦਾ। ਉਹ ਕਹਿੰਦਾ ਇਹ ਕਿਸ ਤਰ੍ਹਾਂ? ਉਹ ਕਹਿੰਦੀ ਜੇ ਤੂੰ ਜਾਣਨਾ ਚਾਹੁੰਦਾ ਹੈ ਮੈਂ ਤੈਨੂੰ ਦੱਸਦੀ ਹਾਂ। ਉਹ ਬਾਦਸ਼ਾਹ ਨੂੰ ਦੱਸਦੀ ਜਦੋਂ ਤੇਰਾ ਜਨਮ ਹੋਣ ਵਾਲਾ ਸੀ, ਇੱਕ ਨਜ਼ੂਮੀ ਕੋਲੋਂ ਪੁੱਛਿਆ ਗਿਆ ਕਿ ਜਿਹੜੇ ਬੱਚੇ ਨੇ ਮੇਰੇ ਘਰ ਜਨਮ ਲੈਣਾ ਹੈ ਉਹ ਬੱਚਾ ਕਿਸ ਤਰ੍ਹਾਂ ਦਾ ਹੋਵੇਗਾ। ਕਹਿੰਦੇ ਨਜ਼ੂਮੀ ਨੇ ਦੱਸਿਆ ਕਿ ਜੇਕਰ ਉਹ ਬੱਚਾ ਹੁਣ ਜਨਮ ਲਏਗਾ ਉਹ ਚੋਰ ਅਤੇ ਡਾਕੂ ਬਣੇਗਾ, ਇਸ ਸਮਾਂ ਇਸ ਯੋਗ ਦੇ ਮੁਤਾਬਕ ਇਸ ਤਰ੍ਹਾਂ। ਜੇ ਉਹ ਰਾਤ ਨੂੰ ਜਨਮ ਲਵੇਗਾ ਉਹ ਸਧਾਰਨ ਮਨੁੱਖ ਵਾਂਗ ਜ਼ਿੰਦਗੀ ਬਤੀਤ ਕਰੇਗਾ, ਲੇਕਿਨ ਜੇ ਉਹ ਅੰਮ੍ਰਿਤ ਵੇਲੇ ਜਨਮ ਲਵੇਗਾ ਤੇਰਾ ਬੱਚਾ ਉਹ ਬਾਦਸ਼ਾਹ ਸਲਾਮਤ ਕਹਾਏਗਾ। ਅਕਬਰ ਦੀ ਗ੍ਰੇਟ ਐਵੇਂ ਨਹੀਂ ਕਹਿੰਦੇ ਅਸੀਂ। ਸੋ ਮਾਂ ਨੇ ਆਖਿਆ ਕਿ ਮੈਂ ਨਹੀਂ ਸੀ ਚਾਹੁੰਦੀ ਕਿ ਮਾਂ ਦੀ ਅਵਸਥਾ ਦਿਲ ਦੀ ਦੇਖੋ, ਮੈਂ ਨਹੀਂ ਚਾਹੁੰਦੀ ਕਿ ਚੋਰ ਬਣੇ, ਮੈਂ ਨਹੀਂ ਚਾਹੁੰਦੀ ਤੂੰ ਡਾਕੂ ਬਣੇ, ਮੈਂ ਨਹੀਂ ਚਾਹੁੰਦੀ ਸੀ ਕਿ ਤੂੰ ਸਧਾਰਨ ਵਿਅਕਤੀ ਬਣੇ, ਮੈਂ ਤਾਂ ਚਾਹੁੰਦੀ ਸੀ ਤੂੰ ਸਮਰਾਟ ਬਣੇ। ਮੈਂ ਘਰਦਿਆਂ ਨੂੰ ਕੀ ਆਖਿਆ? ਇੰਜ ਕਰੋ, ਮੈਂ ਆਪਣੇ ਬੱਚੇ ਨੂੰ ਅੰਮ੍ਰਿਤ ਵੇਲੇ ਜਨਮ ਦੇਣਾ, ਮੈਂ ਬਾਦਸ਼ਾਹ ਬਣਾਉਣਾ, ਮੇਰੇ ਪੈਰਾਂ ਨੂੰ ਰੱਸੀਆਂ ਪਾ ਕੇ ਉਲਟਾ ਲਟਕਾ ਦਿੱਤਾ ਜਾਏ, ਜਦੋਂ ਉਹ ਵੇਲਾ ਆਏ ਅੰਮ੍ਰਿਤ ਵੇਲਾ ਮੈਂ ਉਦੋਂ ਬੱਚੇ ਨੂੰ ਜਨਮ ਦੇਣਾ। ਦੱਸਦੇ ਨੇ ਇਸੇ ਤਰ੍ਹਾਂ ਹੀ ਕੀਤਾ ਗਿਆ ਔਰ ਉਹ ਬੇਹੋਸ਼ ਹੋ ਗਈ, ਉਤਾਰੇ ਆਰਮਾਨ ਦੇ ਨੀਚੇ ਔਰ ਉਹਨੇ ਅੰਮ੍ਰਿਤ ਵੇਲੇ ਜਦੋਂ ਬੱਚੇ ਨੂੰ ਜਨਮ ਦਿੱਤਾ ਉਹ ਬਾਦਸ਼ਾਹ ਅਕਬਰ ਬਣਿਆ। ਫਿਰ ਆਖਣ ਲੱਗੀ ਦੱਸ ਹੁਣ ਤੂੰ ਮੇਰਾ ਕਰਜ਼ ਚੁਕਾ ਸਕਦਾ, ਤੂੰ ਇਸ ਦੇ ਸਮਰੱਥ ਹੈ, ਜੋ ਕਸ਼ਟ ਮੈਂ ਸਹਿ। ਸੋ ਯਕੀਨ ਮੰਨਿਓ ਪੈਰਾਂ 'ਤੇ ਡਿੱਗ ਪਿਆ, ਆਖਣ ਲੱਗਾ ਨਹੀਂ ਮਾਂ, ਮਾਂ ਹੁੰਦੀ ਹੈ ਮਾਂ, ਉਹ ਦੁਨੀਆਂ ਵਾਲਿਓ। ਆਪਾਂ ਸਾਰੇ ਸ਼ਾਇਰਾਂ ਦੇ ਲਿਖੇ ਹੋਏ ਗੀਤ ਵੀ ਸੁਣਦੇ ਹਾਂ, ਕਵਿਤਾਵਾਂ ਵੀ ਸੁਣਦੇ ਹਾਂ। ਸੋ ਸੱਚਮੁੱਚ ਅਸੀਂ ਆਪਣੀਆਂ ਪ੍ਰਾਪਤੀਆਂ ਲਈ, ਆਪਣੀਆਂ ਕਦਰਾਂ ਕੀਮਤਾਂ ਲਈ ਜੋ ਕਾਇਮ ਰੱਖੀਏ ਬਜ਼ੁਰਗਾਂ ਦਾ, ਮਾਂ ਬਾਪ ਦਾ ਸਤਿਕਾਰ ਕਰੀਏ। ਅੱਜ ਬੱਚਿਆਂ ਨੂੰ, ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ। ਬੇਟਾ ਜਗਦੀਪ ਸਿੰਘ, ਅੱਜ ਤੋਂ ਬਾਅਦ ਆਪਣੇ ਪਿਤਾ ਨੂੰ ਹੀ ਮਾਂ ਦਾ ਦਰਜਾ ਦੇਣਾ, ਪਿਤਾ ਨੂੰ ਹੀ ਪਿਤਾ ਦਾ ਦਰਜਾ ਦੇਣਾ, ਉਸ ਸਤਿਕਾਰ ਇਸੇ ਤਰ੍ਹਾਂ ਬੇਟਾ ਬਰਕਰਾਰ ਰੱਖਣਾ। ਸੋ ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਦੇਖ ਰਿਹਾ ਕਿ ਅੱਜ ਦੇ ਸਮਾਗਮ ਵਿੱਚ, ਅੱਜ ਦੇ ਇਸ ਇਕੱਠ ਵਿੱਚ ਸਾਡੇ ਸ਼ਹਿਰ ਦੀਆਂ ਮੁਅੱਜ਼ਜ਼ ਸ਼ਖਸੀਅਤਾਂ ਹਾਜ਼ਰ ਹੋਈਆਂ ਨੇ, ਸਾਡੇ ਇਲਾਕੇ ਦੇ ਨੁਮਾਇੰਦੇ ਹਾਜ਼ਰ ਹੋਏ ਨੇ, ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਰਾਜਨੀਤਿਕ ਸੰਸਥਾਵਾਂ ਦੇ ਮੈਂਬਰ, ਸ਼ਹਿਰ ਦੇ ਮੈਂਬਰ, ਪਰਿਵਾਰ ਦੇ ਮੈਂਬਰ, ਸਾਖ ਸਨੇਹੀ ਸਾਰੇ ਦੁੱਖ ਨੂੰ ਬਲੌਕੀ ਹਾਜ਼ਰ ਹੋਏ ਨੇ। ਸਾਰਿਆਂ ਦਾ ਜਿੱਥੇ ਧੰਨਵਾਦ ਹੈ ਉੱਥੇ ਮੈਂ ਬੇਨਤੀ ਕਰਾਂਗਾ ਹੁਣ ਨਿਮਰਤਾ ਸਾਹਿਬ, ਸਤਿਕਾਰਯੋਗ ਸਰਦਾਰ ਜਗਦੀਪ ਸਿੰਘ ਜੀ ਐਕਸ MLA ਸਾਡੇ ਵਿਚਕਾਰ ਪਹੁੰਚੇ ਨੇ, ਵਿਸ਼ੇਸ਼ ਤੌਰ 'ਤੇ 5 ਮਿੰਟ ਵਾਸਤੇ ਉਹ ਪਰਿਵਾਰ ਦੇ ਨਾਲ। ਪਾਵਨ ਪਿੱਤਰ ਦੂਰੀ ਦੇ ਵਿੱਚ ਸਵਰਗੀ ਭੈਣ ਜੀ ਪਰਮਜੀਤ ਕੌਰ ਜੀ ਦੀ ਅੰਤਮ ਅਰਦਾਸ ਦੇ ਵਿੱਚ ਬਿਰਾਜਮਾਨ ਬੇਹਦ ਗੰਭੀਰ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੋਂ ਪਹਿਲਾਂ ਬੜੇ ਅਦਬ ਦੇ ਨਾਲ ਧੀਮਾਨ ਪਰਿਵਾਰ ਬਾਰੇ ਦੱਸਿਆ ਗਿਆ, ਅੱਜ ਆਪਾਂ ਸਾਰੇ ਧੀਮਾਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਏ ਹਾਂ। ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਬੋਲਣਾ, ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਦਾ ਕਿ ਪਰਮਾਤਮਾ ਨੇ ਇੱਕ ਬੜੇ ਸੂਖਮ ਰਿਸ਼ਤੇ ਬਣਾਏ ਹੈ, ਮਾਂ ਬਾਪ ਦਾ, ਭੈਣ ਭਾਈ ਦਾ, ਪਤੀ ਪਤਨੀ ਦਾ। ਜੇ ਇੱਕ ਵੀ ਤੰਦ ਹਿਲਦਾ ਹੈ ਤਾਂ ਸਾਰੀ ਜਿਹੜੀ ਹੈਗੀ ਹੈ ਕਹਾਣੀ ਵਿੱਚ ਜੋੜੀ ਜਾਂਦੀ ਹੈ। ਬੜੀ ਪੁਰਾਣੀ ਇੱਕ ਕਹਾਵਤ ਹੈ, ਜਿੰਨਾ ਸਾਠ ਉਨਾ ਸੇਕ। ਪੁਰਾਣੇ ਸਮੇਂ ਦੇ ਵਿੱਚ ਰਿਸ਼ਤੇ ਨੂੰ ਸਾਖ ਕਹਿੰਦੇ ਸੀਗੇ, ਕਿ ਜਿੰਨਾ ਰਿਸ਼ਤਾ ਨੇੜੇ ਦਾ ਹੋਵੇ ਉਨਾ ਮੌਤ ਦਾ ਸੇਕ ਜਿਹੜਾ ਹੈ ਉਹ ਜ਼ਿਆਦਾ ਲੱਗਦਾ। ਸੋ ਪਤੀ ਦਾ ਬੱਚਿਆਂ ਦਾ ਬੜਾ ਗਹਿਰਾ ਰਿਸ਼ਤਾ ਹੈ, ਸਾਰੇ ਪਰਿਵਾਰ ਬੜੇ ਦੁੱਖ ਦੇ ਵਿੱਚ ਹੈ। ਸੋ ਮੈਂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹੈ ਕਿ ਇਹ ਸੱਚਾ ਪਾਤਸ਼ਾਹ ਬੱਚੇ ਹੋਣਹਾਰ ਹੋਣ, ਤੰਦਰੁਸਤੀ ਵਾਲੀ ਜ਼ਿੰਦਗੀ ਮਾਣਨ, ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ। ਸਾਰਾ ਪਰਿਵਾਰ ਹਮਦਰਦੀ ਦਾ ਇਜ਼ਹਾਰ ਕੀਤਾ, ਮੈਂ ਉਹਨਾਂ ਦੇ ਨਾਮ ਆਪ ਜੀ ਨੂੰ ਦੱਸਿਆ। ਬਲਦੇਵ ਰਾਏ ਧੀਮਾਨ ਜੀ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ ਫਗਵਾੜਾ ਤੋਂ, ਉਹਨਾਂ ਨੇ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰਦੇ ਹੋਏ ਸ਼ੋਕ ਪ੍ਰਸਤਾਵ ਭੇਜਿਆ। ਸਰਦਾਰ ਕੁਲਵਿੰਦਰ ਸਿੰਘ ਜੀ ਵਿਸ਼ਵਬਾਣੀ ਅਖਬਾਰ ਮੁੱਖ ਸੰਪਾਦਕ, ਰਵੀ ਅਟਵਾਲ ਚੀਫ ਬਿਊਰੋ ਪੰਜਾਬ, ਰੋਟਰੀ ਕਲੱਬ ਸੈਂਟਰਲ ਨਕੋਦਰ ਵੱਲੋਂ ਸ਼ੋਕ ਪ੍ਰਸਤਾਵ ਆਇਆ। ਨਕੋਦਰ ਸਿਟੀਜ਼ਨ ਫੋਰਮ
ਸ਼੍ਰੀ ਤ੍ਰਿਲੋਚਨ ਧੀਮਾਨ ਜੀ ਵੱਲੋਂ ਸ਼ੋਕ ਪ੍ਰਸਤਾਵ ਆਇਆ, ਪੀਣੀ ਧੀਮਾਨ ਬ੍ਰਹਮਦਿਆਲ ਧੀਮਾਨ ਜੀ ਵੱਲੋਂ ਸ਼ੋਕ ਪ੍ਰਸਤਾਵ ਆਇਆ, ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਮੁੱਖ ਸੇਵਾਦਾਰ ਸੁਮੇਸ਼ ਜੀ ਵੱਲੋਂ ਸ਼ੋਕ ਪ੍ਰਸਤਾਵ ਆਇਆ, ਭੁਪਿੰਦਰ ਨਿੱਜਰ ਜੀ ਹਿੰਦੂ ਕੋਆਪਰੇਟਿਵ ਬੈਂਕ ਨਕੋਦਰ ਅਤੇ ਸਮੂਹ ਸਟਾਫ ਵੱਲੋਂ ਸ਼ੋਕ ਪ੍ਰਸਤਾਵ ਆਇਆ, ਭੁਪਿੰਦਰ ਟੱਕਰ ਜੀ ਪ੍ਰਧਾਨ ਅਰੋੜਾ ਮਹਾਂਸਭਾ ਵੱਲੋਂ ਸ਼ੋਕ ਪ੍ਰਸਤਾਵ ਆਇਆ, ਵਿਜੇ ਪੋਪਲੀ ਜੀ ਅਰੋੜਾ ਵੰਡ ਸਭਾ ਵੱਲੋਂ ਸ਼ੋਕ ਪ੍ਰਸਤਾਵ ਆਇਆ। ਅਸੀਂ ਸਾਰਿਆਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਪ੍ਰੈਸ ਕਲੱਬ ਨਕੋਦਰ ਵੱਲੋਂ ਵੀ ਸ਼ੋਕ ਪ੍ਰਸਤਾਵ ਆਇਆ, ਸ਼੍ਰੀ ਰਵਿੰਦਰ ਵਰਮਾ ਜੀ ਵੱਲੋਂ ਵੀ, ਜਰਨਲਿਸਟ ਵੱਲੋਂ ਵੀ ਸ਼ੋਕ ਪ੍ਰਸਤਾਵ ਆਇਆ। ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਹੁਣ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਸਾਡੇ ਇਲਾਕੇ ਦੇ ਹਨ ਪਿਆਰੇ ਜਥੇਦਾਰ ਕੁਲਦੀਪ ਸਿੰਘ ਜੀ ਵਡਾਲਾ ਦੇ ਵਰਕ ਸਰਦਾਰ ਗੁਰਪ੍ਰਤਾਪ ਸਿੰਘ ਜੀ ਵਡਾਲਾ ਸਾਹਿਬ, ਜੋ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ, ਕਿ ਉਸ ਸਟੇਜ 'ਤੇ ਆਉਣ। ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬਹੁਤ ਹੀ ਦੁੱਖ ਭਰੇ ਸਮੇਂ 'ਤੇ ਜੁੜ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਗੁਰੂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕੋ ਨਾਨਕ ਫਿਰ ਕੁਛ ਨਹੀਂ ਸੁਪਨੇ ਜੋ ਸੰਸਾਰ। ਆਪਾਂ ਸਾਰਿਆਂ ਨੂੰ ਇਸ ਫਾਨੀ ਸੰਸਾਰ ਨੂੰ ਆਪਣੇ ਪਰਿਵਾਰ ਨੂੰ ਸਦਾ ਵਾਸਤੇ ਅਲਵਿਦਾ ਕਹਿ ਕੇ, ਭੈਣ ਜੀ ਸਰਦਾਰਨੀ ਪਰਮਜੀਤ ਕੌਰ ਧਮਾਨ ਜੀ ਬੇਵਕਤ ਇਸ ਦੁਨੀਆਂ ਨੂੰ ਵਿਛੋੜਾ ਦੇ ਕੇ ਅਤੇ ਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਹਨ, ਆਪਾਂ ਸਾਰੇ ਹੀ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਇੱਥੇ ਹਾਜ਼ਰੀ ਲਾ ਰਹੇ ਹਾਂ। ਬਹੁਤ ਵੱਡਾ ਸਦਮਾ ਹੈ, ਬਹੁਤ ਗਹਿਰਾ ਦੁੱਖ ਹੈ, ਜਿਸ ਨੂੰ ਕਈ ਵਾਰੀ ਆਪਾਂ ਸ਼ਬਦਾਂ ਰਾਹੀਂ ਨਹੀਂ ਬਿਆਨ ਕਰ ਸਕਦੇ। ਦੇਖਿਆ ਜਾਵੇ ਇਹ ਮਨੁੱਖਾ ਜੀਵਨ ਬਹੁਤ ਦੁਰਲੱਭ ਹੈ, ਬੜਾ ਕੀਮਤੀ ਹੈ, ਆਪਾਂ ਨੂੰ ਭਾਗਾਂ ਨਸੀਬਾਂ ਨਾਲ ਮਿਲਦਾ। ਧੰਨ ਨੇ ਆਪਣੀਆਂ ਮਾਵਾਂ ਭੈਣਾਂ ਸਰਦਾਰਨੀ ਪਰਮਜੀਤ ਕੌਰ ਵਰਗੀਆਂ, ਜਿਹਨਾਂ ਕਰਕੇ ਆਪਾਂ ਸਾਰੇ ਸੰਸਾਰ 'ਚ ਆਏ। ਅਤੇ ਹਰ ਇਨਸਾਨ ਦੀ ਖਵਾਹਿਸ਼ ਹੁੰਦੀ ਹੈ ਕਿ ਲੰਬੀ ਤੋਂ ਲੰਬੀ ਆਯੂ ਭੋਗ ਕੇ ਜਾਈਏ। ਜੇ ਇਸ ਸਮੇਂ 'ਚੋਂ ਆਪਾਂ ਆਪਣੀ ਜ਼ਿੰਦਗੀ ਦਾ ਸਫ਼ਰ ਬਤੀਤ ਕਰ ਰਹੇ ਹਾਂ, ਜਿਵੇਂ ਦਾ ਯੁੱਗ ਹੈ, ਸਾਰੇ ਸਾਧਨ ਨੇ, ਸਭ ਕੁਛ ਆਪਣੇ ਕੋਲ ਹੈਗਾ, ਲੇਕਿਨ ਕਈ ਦਫ਼ਾ ਆਪਾਂ ਦੇਖਦੇ ਹਾਂ ਕਿ ਆਪਣੀਆਂ ਮਾਵਾਂ ਆਪਣੇ ਬਜ਼ੁਰਗ 100-100 ਸਾਲ ਦੀ ਉਮਰ ਭੋਗ ਰਹੇ ਨੇ। ਕਈ ਦਫ਼ਾ ਆਪਾਂ ਨੂੰ ਇੱਦਾਂ ਦਾ ਸਦਮਾ ਲੱਗਦਾ ਜਿਹਨੂੰ ਕਦੀ ਆਪਾਂ ਸੋਚਿਆ ਵੀ ਨਹੀਂ ਹੁੰਦਾ, ਚੇਤਨਾ ਚੇਤੇ ਨਹੀਂ ਹੁੰਦਾ ਆਪਣੇ। ਐਵੇਂ ਜਿਵੇਂ ਇਹ ਜਿਹੜਾ ਭਾਣਾ ਵਰਤਿਆ ਹੈ, ਬਹੁਤ ਹੀ ਬੇਵਕਤ ਅਚਨਚੇਤ ਪਰਿਵਾਰ ਦੇ ਸਮੂਹ ਧਮਾਨ ਪਰਿਵਾਰ ਦੇ ਨਾਲ ਹੋਇਆ। ਕਹਿੰਦੇ ਨੇ ਕਿ ਦੁਨੀਆਂ 'ਚ ਦੁੱਖ ਬੜੇ ਨੇ, ਸੁੱਖ ਵੀ ਬੜੇ ਨੇ। ਕਈ ਬ੍ਰਹਮ ਗਿਆਨੀ ਹੋਏ, ਮਹਾਂਪੁਰਸ਼ ਹੋਏ, ਜਿਨ੍ਹਾਂ ਨੇ ਬਹੁਤ ਤਪ ਕੀਤਾ, ਬੜੀ ਬਾਣੀ ਪੜ੍ਹੀ, ਬੰਦਗੀ ਕੀਤੀ, ਤਾਂ ਉਹਨਾਂ ਨੂੰ ਅੰਤ ਸਮੇਂ 'ਚ ਕਈ ਦਫ਼ਾ ਬੜੇ ਦੁੱਖਾਂ ਦਾ ਕਿ ਇਹ ਜਿਹੜਾ ਦੁੱਖ ਆ ਜਾਂ ਜਿਹੜੀ ਤਕਲੀਫ਼ ਹੈ ਮੈਂ ਆਪਣੇ ਸਿਰ 'ਤੇ ਲਈ ਹੈ, ਇਹ ਤੁਹਾਡੀ ਸੰਗਤ ਦੀ ਸਾਰੀ ਤਕਲੀਫ਼ ਮੈਂ ਆਪਣੇ ਜੁੰਮੇ ਲੈ ਲਈ। ਜੇ ਮੈਂ ਨਾ ਲੈਂਦਾ ਤਾਂ ਤੁਹਾਨੂੰ ਕਿਸੇ ਨਾ ਕਿਸੇ ਨੂੰ ਮਹਿਸੂਸ ਹੋਣੀ ਸੀ। ਐਵੇਂ ਜਿਵੇਂ ਮਾਂ ਹੈ, ਕੋਈ ਵੀ ਮੁਸ਼ਕਲ ਹੋਵੇ, ਕੋਈ ਤਕਲੀਫ਼ ਹੋਵੇ, ਕੋਈ ਵੀ ਕਿਸੇ ਕਿਸਮ ਦਾ ਸੰਕਟ ਹੋਵੇ ਪਰਿਵਾਰ 'ਚ, ਅਤੇ ਜੇ ਆਪਾਂ ਕਿਸੇ ਮਾਂ ਵੱਲ ਦੇਖ ਲਓ, ਸਭ ਤੋਂ ਜ਼ਿਆਦਾ ਉਹਦਾ ਅਸਰ ਮਾਂ 'ਤੇ ਹੁੰਦਾ। ਅਤੇ ਇਹ ਵੀ ਕੋਈ ਕੁਦਰਤੀ ਬਾਤ ਹੈ, ਹੁਣ ਤਾਂ ਦੱਸ ਕੇ ਗਏ ਨੇ ਕਿ ਮਾਵਾਂ ਤਾਂ ਰੱਬ ਦਾ ਰੂਪ ਹੁੰਦੀਆਂ ਨੇ। ਗੁਰਬਾਣੀ ਵੀ ਆਪਾਂ ਨੂੰ ਕਹਿੰਦੀ ਹੈ ਕਿ ਅਗਰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ, ਪਰਮੇਸ਼ਰ ਤੋਂ ਬਾਅਦ, ਪਰਮਾਤਮਾ ਤੋਂ ਬਾਅਦ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਕੋਈ ਗੁਰੂ ਪੀਰ ਪੈਗੰਬਰ ਹੋਣ, ਕਿਸੇ ਤੋਂ ਬਾਅਦ ਅਗਰ ਕਿਸੇ ਕੋਲ ਰੱਬ ਦਾ ਦਰਜਾ ਹੈ ਤਾਂ ਆਪਣੀ ਮਾਂ ਕੋਲ ਹੈ। ਸੋ ਇਹ ਮਾਵਾਂ ਦਾ ਦੇਣਾ ਸੱਚ ਹੈ, ਆਪਾਂ ਦੇ ਨਹੀਂ ਸਕਦੇ, ਚਾਹੇ ਆਪਾਂ ਵਾਰ ਵਾਰ ਕਿਉਂ ਨਾ ਜਨਮ ਲੈ ਕੇ ਆਈਏ। ਅਜੇ ਸਮਾਂ ਨਹੀਂ ਸੀ ਭੈਣ ਜੀ ਦਾ ਜਾਣ ਦਾ, ਲੇਕਿਨ ਇਹ ਰਿਧੀਆਂ ਵਿਧੀਆਂ ਸਿੱਧੀਆਂ ਇਹ ਪਰਮਾਤਮਾ ਆਪ ਹੀ ਜਾਣਦਾ ਹੈ, ਆਪਾਂ ਕੁਛ ਨਹੀਂ ਕਰ ਸਕਦੇ ਇਹਦੇ ਵਿੱਚ। ਜਦੋਂ ਸਵਾਸ ਪੂਰੇ ਹੋ ਜਾਂਦੇ ਨੇ, ਕੋਈ ਨਾ ਕੋਈ ਬਹਾਨਾ ਬਣ ਜਾਂਦਾ, ਕਿਹਾ ਜਾਣਾ ਕਿ ਮਰੇਗੇ, ਕਿਹਾ ਸਾਹ ਮਰਨਾ ਹੋਏ,
ਪੈਰ ਪੈਰ ਤੇ ਆਪਾਂ ਨੂੰ ਗੁਰੂ ਸਾਹਿਬ ਸਮਝਾਉਂਦੇ ਨੇ, ਲੇਕਿਨ ਹਜੇ ਲੋੜ ਬਹੁਤ ਸੀ ਭੈਣ ਜੀ ਦੀ, ਭੁਪਿੰਦਰ ਜੀ ਨੂੰ, ਉਹਨਾਂ ਦੇ ਬੱਚਿਆਂ ਨੂੰ, ਸਾਰੇ ਪਰਿਵਾਰ ਨੂੰ। ਮਾਂ ਤਾਂ ਏਦਾਂ ਦਾ ਨਾਮ ਹੈ ਕਿ ਜਦੋਂ ਚਲੇ ਜਾਂਦੀ ਹੈ ਫਿਰ ਪਤਾ ਲੱਗਦਾ, ਜਿਵੇਂ ਕਹਿੰਦੇ ਮਾਵਾਂ ਠੰਡੀਆਂ ਛਾਵਾਂ, ਲੇਕਿਨ ਅੱਗੇ ਵੀ ਕਹਿੰਦੇ ਨੇ ਜਦੋਂ ਚਲੇ ਜਾਣ ਫਿਰ ਛਾਵਾਂ ਕੌਣ ਕਰੇ, ਫਿਰ ਉਹ ਛਾਂ ਰਹਿੰਦੀ ਨਹੀਂ, ਆਸਰਾ ਨਹੀਂ ਰਹਿੰਦਾ, ਆਪਣੇ ਉੱਪਰੋਂ ਸਾਇਆ ਉੱਠ ਜਾਂਦਾ। ਮਾਂ ਦੇ ਬਾਰੇ ਬਹੁਤ ਕੁਛ ਲਿਖਿਆ ਗਿਆ, ਬੜਾ ਕੁਛ ਕਿਹਾ ਗਿਆ, ਲੇਕਿਨ ਇਹੀ ਆਪਣੇ ਸਾਰਿਆਂ ਵਾਸਤੇ ਇੱਕ ਨਸੀਹਤ ਹੈ, ਇੱਕ ਸਿੱਖਿਆ, ਕਿ ਜੇ ਆਪਾਂ ਆਪਣੇ ਜੀਵਨ ਨੂੰ ਚੰਗਾ ਬਣਾਉਣਾ ਚਾਹੁੰਦੇ ਹਾਂ, ਆਪਾਂ ਭਲਾ ਕਰਨਾ ਚਾਹੁੰਦੇ, ਭਲਾ ਮੰਗਣਾ ਚਾਹੁੰਦੇ ਹਾਂ, ਚੰਗੇ ਕਰਮ ਕਮਾਉਣਾ ਚਾਹੁੰਦੇ ਹਾਂ, ਤੇ ਆਪਾਂ ਸਭ ਨੂੰ ਆਪਣੀਆਂ ਮਾਵਾਂ ਦੇ ਜੀਵਨ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ। ਪਰਿਵਾਰ ਵੱਲੋਂ ਉਹਨ ਦਾਨ ਜੋ ਬੀਜ ਦੇ ਸਭ ਧਰਮ ਰਾਹੀ ਹੈ ਜਾਰੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਾਸਤੇ ਪਰਿਵਾਰ ਵੱਲੋਂ ਮਾਇਆ ਭੇਟ ਕੀਤੀ ਗਈ, ਨੇਕ ਕਮਾਈ ਨੂੰ ਸਫਲ ਕਰਦਿਆਂ ਵਿਸ਼ਵਕਰਮਾ ਮੰਦਿਰ ਨਕੋਦਰ ਨੂੰ ਵੀ ਪਰਿਵਾਰ ਵੱਲੋਂ ਮਾਇਆ ਭੇਟ ਕੀਤੀ ਗਈ। ਸ਼ਿਵਾਲਾ ਮੰਦਿਰ ਵਾਸਤੇ ਵੀ ਪਰਿਵਾਰ ਵੱਲੋਂ ਮਾਇਆ ਭੇਟ ਕੀਤੀ ਗਈ। ਸ਼ਮਸ਼ਾਨ ਘਾਟ ਵਾਸਤੇ ਵੀ ਪਰਿਵਾਰ ਵੱਲੋਂ ਮਾਇਆ ਭੇਟ ਕੀਤੀ ਗਈ। ਜੇ ਕੋਈ ਇਹਨਾਂ ਸੰਸਥਾਵਾਂ ਦਾ ਨੁਮਾਇੰਦਾ ਇੱਥੇ ਹੋਵੇ ਉਹ ਮਾਇਆ ਲੈ ਕੇ ਜਾਣ ਦੀ ਕਿਰਪਾਲਤਾ ਕਰੇ। ਸੋ ਅੰਤ ਵਿੱਚ ਮੈਂ ਧੰਨਵਾਦੀ ਹਾਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੀ ਦੇ ਸਾਰੇ ਸਮੂਹ ਮੈਂਬਰਾਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸਮਾਗਮ ਇੱਥੇ ਕੀਤਾ ਗਿਆ। ਧੰਨਵਾਦੀ ਹਾਂ ਗ੍ਰੰਥੀ ਸਾਹਿਬ ਜੀ ਦਾ, ਧੰਨਵਾਦੀ ਹਾਂ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਹਜ਼ੂਰੀ ਰਾਗੀ ਦਾ, ਜਿਨ੍ਹਾਂ ਨੇ ਬਹੁਤ ਹੀ ਸੁੰਦਰ ਵੈਰਾਗ ਦੇ ਕੀਰਤਨ ਆਪ ਸੰਗਤਾਂ ਨੂੰ ਸਰਪਣ ਕਰਵਾਇਆ। ਧੰਨਵਾਦੀ ਹਾਂ ਸ਼ਹਿਰ ਦੇ ਨਗਰ ਕੌਂਸਲ ਨਕੋਦਰ ਦੇ ਸਮੂਹ MC ਸਾਹਿਬਾਨ ਜੀ ਦਾ, ਜਿਹੜੇ ਵਿਸ਼ੇਸ਼ ਤੌਰ 'ਤੇ ਸਮਾਂ ਕੱਢ ਕੇ ਇੱਥੇ ਪੁੱਜੇ ਨੇ। ਪਰਿਵਾਰ ਦੀਆਂ ਸਾਖ ਸੰਬੰਧੀ ਰਿਸ਼ਤੇਦਾਰ, ਮਿੱਤਰ, ਦੋਸਤ, ਸ਼ਹਿਰ ਨਿਵਾਸੀ, ਮੁਹੱਲਾ ਨਿਵਾਸੀ, ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਜੋ ਵੀ ਮਾਈ ਭਾਈ ਪਰਿਵਾਰ ਦੇ ਨਾਲ ਹਮਦਰਦੀ ਕਰਨ ਲਈ ਇੱਥੇ ਪੁੱਜਿਆ, ਮੈਂ ਸਾਰਿਆਂ ਦਾ ਨਾਮ ਨਹੀਂ ਲੈ ਸਕਦਾ, ਖਿਮਾ ਮੰਗਦਾ, ਸਮਾਂ ਬਹੁਤ ਹੋ ਚੁੱਕਾ ਹੈ। ਜਥੇਦਾਰ ਲਸ਼ਕਰ ਸਿੰਘ ਦੀ ਕਮੇਟੀ ਮੈਂਬਰ ਬੈਠੇ ਨੇ, ਸਰਦਾਰ ਇਕਬਾਲ ਸਿੰਘ ਜੀ ਬੈਠੇ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਦੀਵਾਨ ਦੀ ਸਮਾਪਤੀ ਹੈ, ਸਟੇਜ ਦੀ ਸੇਵਾ ਨਿਭਾਉਂਦਿਆਂ ਕੋਈ ਪ੍ਰਗਤੀ ਹੋ ਗਈ ਹੋਵੇ ਤਾਂ ਮੈਂ ਸਾਰਿਆਂ ਪਾਸੋਂ ਖਿਮਾ ਮੰਗਦਾ। ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਕਾ ਲੰਗਰ ਬਿਲਕੁਲ ਤਿਆਰ ਹੈ, ਦੇਖ ਲੈਣ ਤੋਂ ਉਪਰੰਤ ਸਾਰੀਆਂ ਸੰਗਤਾਂ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਫਤਿਹ ਜਾਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭੁੱਲ ਗਿਆ ਆ
ਹੈ।